हाँ जी भी दोस्तों की हाल चाल ने, उम्मीद है सारे वधिया होंगे। तो जिमें कि तुसी टाइटल देख लिया रेंटल कार्स जिहड़े कि पंजाब में थोड़ी डिमांड सी, अगे भी आपां एक वीडियो तुहानूं दे चुके हैं सर दे नाल। सर की हाल चाल ने? ठीक ठाक हो? ठीक है। तो सर थोड़ा मैं चाहना अपने बारे आप ही दस दिओ। ਭਾਜੀ ਹੁਣਾਂ ਦਾ ਪਹਿਲਾਂ ਵੀ ਪੇਜ ਦੇ ਉੱਤੇ ਵੀਡੀਓ ਪਈ ਹੋਈ ਆ। ਮੇਰਾ ਨਾਮ ਹੈ ਜੀ ਹਰਮਿੰਦਰ ਸਿੰਘ, ਅਤੇ ਸਾਡੀ ਜਿਹੜੀ ਸਰਵਿਸ ਹੈਗੀ ਆ ਉਹ ਕੈਬਜ਼ ਨਾਂ ਦੀ ਕੰਪਨੀ ਆ, ਸੈਲਫ ਡਰਿਵਨ ਕਾਰ ਸਰਵਿਸ ਜਿਹੜੀ ਅਸੀਂ ਪ੍ਰੋਵਾਈਡ ਕਰਦੇ ਹਾਂ ਆਪਣੇ ਕਸਟਮਰਸ ਨੂੰ। ਉਹਦੇ ਵਿੱਚ ਹੁੰਦਾ ਹੈ ਜੀ ਬਿਨਾਂ ਡਰਾਈਵਰ ਤੋਂ ਅਸੀਂ ਕਾਰ ਕਸਟਮਰ ਨੂੰ ਦੇ ਦਿੰਦੇ ਹਾਂ, ਜਿਹਦਾ ਅਸੀਂ ਨੋਮੀਨਲ ਜਾ ਕੇ ਪਰ ਡੇ ਦਾ ਰੈਂਟ ਚਾਰਜ ਅਸੀਂ ਕਸਟਮਰ ਤੋਂ ਕਰਕੇ ਉਹਨੂੰ ਕਾਰ ਹੈਂਡ ਓਵਰ ਕਰ ਦਿੰਦੇ ਵਿਦਆਊਟ ਡਰਾਈਵਰ। ਜਿਹੜੀ ਕਿ ਪੰਜਾਬ ਵਿੱਚ ਬਹੁਤ ਘੱਟ, ਮਤਲਬ ਹੈ ਹੀ ਨਹੀਂ ਮੇਰੇ ਹਿਸਾਬ ਨਾਲ, ਮੈਨੂੰ ਨਹੀਂ ਲੱਗਦਾ ਕੋਈ ਬੰਦਾ ਦੇ ਰਿਹਾ ਇਕੱਲੇ ਇਸ ਚੀਜ਼ ਦੀ ਫੈਸਿਲਿਟੀ ਦੇ ਰਹੇ ਨੇ। ਮੈਂ ਦਿੱਲੀ ਵਾਲੇ ਦਿੰਦੇ ਨੇ ਜਾਂ ਕਿਤੇ ਨੇ, ਉਹ ਤੁਹਾਨੂੰ ਵੀ ਪਤਾ ਕਿ ਕਿਵੇਂ ਦੀਆਂ ਗੱਡੀਆਂ ਨੇ। ਇਹ ਪੰਜਾਬ ਨੰਬਰ ਗੱਡੀਆਂ ਜਾਂ ਪੰਜਾਬ 'ਚ ਹੀ ਹੈਗੇ ਨੇ, ਹਰੇਕ ਸ਼ਹਿਰ 'ਚ ਅਵੇਲੇਬਲ ਨੇ। ਅੱਗੇ ਤੁਹਾਨੂੰ ਅਸੀਂ ਨਾਲ ਨਾਲ ਇਨਫੋਰਮੇਸ਼ਨ ਵੀ ਦਿੰਦੇ ਹਾਂ, ਅਤੇ ਪੁਰਾਣੀ ਵੀ ਇੱਕ ਸਾਡੀ ਵੀਡੀਓ ਚੱਲ ਰਹੀ ਹੈ, ਤੁਸੀਂ ਉਹ ਦੇਖ ਸਕਦੇ ਹੋ, 'ਚ ਜ਼ਿਆਦਾ ਡਿਟੇਲ 'ਚ ਵੀ ਅਸੀਂ ਦੱਸਿਆ ਹੋਇਆ। ਦੂਜੀ ਗੱਲ ਇੱਕ ਹੋਰ ਹੈ ਕਿ ਸਰ ਉਹਨਾਂ ਦੀ ਐਪਲੀਕੇਸ਼ਨ ਵੀ ਵਰਕਿੰਗ ਆ ਪ੍ਰੋਪਰ, ਅਤੇ ਪਿਛਲੀ ਵਾਰੀ ਥੋੜ੍ਹਾ ਐਪਲੀਕੇਸ਼ਨ ਦਾ ਵੀ ਇਸ਼ੂ ਸੀਗਾ, ਅਤੇ ਅਰਕਾ ਉਹ ਵੀ ਚੱਲ ਰਹੀ ਹੈ। ਅਤੇ ਬਾਕੀ ਇੱਕ ਤੁਹਾਡੇ ਵਾਸਤੇ ਆਫਰ ਵੀ ਆ ਸਰ ਲੈ ਕੇ ਆਏ, ਉਹ ਜਿਹੜੀ ਕਿ ਮੇਰੇ ਥਰੂ ਤੁਹਾਨੂੰ ਮਿਲ ਜੂਗੀ। ਅਤੇ ਵੀਡੀਓ ਲਾਸਟ ਤੱਕ ਦੇਖਿਓ, ਅਤੇ ਬੜੀ ਫਾਇਦੇ ਵਾਲੀ ਆਫਰ ਹੈ। ਅਤੇ ਸਰ ਜਿਵੇਂ ਕਿ ਗੱਡੀਆਂ ਦਾ ਮਸਲਾ ਆਉਂਦਾ ਰੈਂਟਲ ਗੱਡੀਆਂ ਦਾ, ਉਹ 'ਚ ਤੁਹਾਡੀ ਕੀ ਕੰਡੀਸ਼ਨਸ ਹੁੰਦੀਆਂ ਜਾਂ ਕੀ ਤੁਸੀਂ ਸੈਟਅਪ ਹੁੰਦਾ ਹੈ, ਕੋਈ ਥੋੜ੍ਹਾ ਜਿਹਾ ਉਹਦੇ ਬਾਰੇ ਇਨਫੋਰਮੇਸ਼ਨ ਪਹਿਲਾਂ ਦੇ ਦਿਓ। ਦੇਖੋ ਜੀ, ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਜਿਸ ਤਰ੍ਹਾਂ ਦੱਸਿਆ ਕਿ ਸਾਡੀ ਇੱਕ ਡਾਕੂਮੈਂਟੇਸ਼ਨ ਹੁੰਦੀ ਹੈ, ਸਾਨੂੰ ਆਈਡੀ ਪਰੂਫ ਚਾਹੀਦੇ ਹੁੰਦੇ ਨੇ, ਆਧਾਰ ਕਾਰਡ ਹੋ ਗਿਆ, ਡਰਾਈਵਿੰਗ ਲਾਇਸੈਂਸ, ਉਹਦੇ ਵਿੱਚ ਪਾਸਪੋਰਟ ਵੀ ਹੋ ਸਕਦਾ ਆ, ਜੋ ਵੀ ਤੁਹਾਡਾ ਵੈਲਿਡ ਐਡਰੈਸ ਜਿਹਦੇ ਉੱਤੇ ਮੈਂਸ਼ਨਡ ਹੁੰਦਾ, ਅਤੇ ਇੱਕ ਅਗਰੀਮੈਂਟ ਹੁੰਦਾ ਹੈ ਜਿਹਦੇ ਵਿੱਚ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਨੇ ਗੱਡੀ ਰੈਂਟ ਕਰਨ ਵਾਸਤੇ, ਇੱਕ ਉਹ ਸਾਈਨ ਹੁੰਦਾ ਹੈ। ਬਾਕੀ ਆਪਾਂ ਸਿਕਿਉਰਿਟੀ ਡਿਪੋਜ਼ਿਟ ਥੋੜ੍ਹਾ ਜਿਹਾ ਚਾਰਜ ਕਰਦੇ ਹਾਂ ਕਸਟਮਰ ਨੂੰ ਕਾਰ ਦੇ ਅਕੋਰਡਿੰਗ ਦੀ, ਅਤੇ ਪਰ ਡੇ ਦਾ ਰੈਂਟ ਹੁੰਦਾ ਜੋ ਕਿ ਕਾਰ ਦੇ ਅਕੋਰਡਿੰਗ ਹੁੰਦਾ। ਸਰ ਇੱਕ ਪਿਛਲੀ ਵਾਰੀ ਵੀ ਲੋਕਾਂ ਦੇ ਕਮੈਂਟ ਸੀਗੇ, ਮੈਂ ਚਾਹੁੰਦਾ ਕਲੀਅਰ ਕਰ ਦਈਏ, ਗੱਡੀ ਜਿਹੜੀ ਹੈ ਜਿੱਦਾਂ ਮਤਲਬ ਉਹ ਫੋਰਨ ਤੋਂ ਕੋਈ ਬੰਦਾ ਆ ਰਿਹਾ ਜਾਂ ਮਤਲਬ ਲੋਕਲ ਬੰਦਾ ਹੈ, ਉਹਨੂੰ ਆਪਾਂ ਗੱਡੀ ਦੇ ਦਿੰਦੇ ਹਾਂ, ਕੋਈ ਚੱਕਰ ਤਾਂ ਨਹੀਂ? ਬਿਲਕੁਲ ਦੇ ਦਿੰਦੇ ਹਾਂ। ਬਸ ਕੋਈ ਗਰੰਟੀ ਜਾਂ ਕੁਛ? ਗਰੰਟੀ ਉਹੀ ਡਾਕੂਮੈਂਟ ਉਹਦੇ ਵੈਲਿਡ ਹੋਣੇ ਚਾਹੀਦੇ ਆ, ਡਰਾਈਵਿੰਗ ਲਾਇਸੈਂਸ ਵੈਲਿਡ ਹੋਣਾ ਚਾਹੀਦਾ ਆ, ਠੀਕ ਹੈ, ਗਵਰਨਮੈਂਟ ਦੇ ਰੂਲ ਦੇ ਅਕੋਰਡਿੰਗ ਬਣਿਆ ਹੋਣਾ ਚਾਹੀਦਾ ਹੈ, ਸਭ ਕੁਝ ਵੈਲਿਡ ਹੋਵੇ ਤਾਂ ਅਸੀਂ ਕਿਸੇ ਨੂੰ ਵੀ ਕਾਰ ਦੇ ਸਕਦੇ। ਅਸੀਂ ਨਾਲ ਨਾਲ ਤੁਹਾਨੂੰ ਗੱਡੀਆਂ ਵੀ ਦਿਖਾਉਂਦੇ, ਇਨਫੋਰਮੇਸ਼ਨ ਵੀ ਦਿੰਦੇ ਹਾਂ, ਅਤੇ ਜਿਵੇਂ ਕਿ ਪਿਛਲੀ ਵਾਰੀ ਸਾਡੇ ਕੋਲ ਜਿਹੜੀ ਲਗਜ਼ਰੀ ਸਟਾਕ ਸੀਗਾ ਉਸ ਟਾਈਮ ਸਿਸਟਮ ਦਿੱਤਾ ਹੋਇਆ ਸੀਗਾ, ਮਤਲਬ ਕਸਟਮਰਸ ਕੋਲ ਸੀਗਾ, ਅਤੇ ਅਸੀਂ ਨਹੀਂ ਦਿਖਾ ਪਾਏ, ਅਤੇ ਕਦੇ ਕਮੈਂਟ ਵੀ ਸੀਗੇ ਕਿ ਵੱਡੀਆਂ ਗੱਡੀਆਂ ਨਹੀਂ ਦਿਖਾਈਆਂ, ਇਸ ਵਾਰੀ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਸਾਰੀਆਂ ਵੱਡੀਆਂ ਗੱਡੀਆਂ ਵੀ, ਥਾਰ ਵੀ ਖੜੀ ਆ, ਸਵਿਫਟ ਵੀ ਆ, ਮਤਲਬ i20 ਵੀ, ਸਾਰੀਆਂ ਗੱਡੀਆਂ ਅਵੇਲੇਬਲ ਨੇ। ਅਤੇ ਚਲੋ ਆਪਾਂ ਨਾਲ ਨਾਲ ਦੱਸਦੇ ਹਾਂ, ਨਾਲੇ ਦਿਖਾਉਂਦੇ ਹਾਂ। ਹੁਣ ਜਿਵੇਂ ਕਿ ਤੁਸੀਂ ਸਾਡੇ ਬੈਕ ਸਾਈਡ 'ਤੇ ਦੇਖ ਸਕਦੇ ਹੋ, ਇੱਥੇ ਥਾਰ ਹੈ ਸਾਡੇ ਕੋਲ ਖੜੀ, ਜਿਹੜੀ ਕਿ ਬੜੀ ਟ੍ਰੈਂਡ 'ਚ ਆ, ਮੁੰਡਿਆਂ ਨੂੰ ਬੜੀ ਪਸੰਦ ਹੁੰਦੀ ਹੈ। ਸਰ ਇਹ ਗੱਡੀ ਜਿਹੜੀ ਹੈ ਕਿੰਨੇ ਕੁ ਤੁਸੀਂ ਕੀ ਇਹਦਾ ਸਿਸਟਮ ਹੁੰਦਾ ਹੈ, ਕਿੰਨਾ ਕੁ ਰੈਂਟ ਹੁੰਦਾ ਇਹਦਾ ਅੰਦਾਜ਼ਾ? ਸਰ ਜਿਹੜਾ ਰੈਂਟ ਆ ਉਹ ਅਕੋਰਡਿੰਗ ਟੂ ਦਾ ਕਾਰ ਹੁੰਦਾ, ਡਿਊਰੇਸ਼ਨ ਹੁੰਦਾ, ਜਿੰਨੇ ਦਿਨ ਵੱਧ ਹੋਣਗੇ ਉਹਨਾਂ ਰੈਂਟ ਘੱਟ ਹੋਊਗਾ। ਇੱਕ ਆਈਡੀਆ ਆਪਾਂ ਦੇ ਸਕਦੇ ਹਾਂ ਕਿ ਜਿਸ ਤਰ੍ਹਾਂ ਇਹ ਗੱਡੀ ਆ, ਇਹ 2500-3000 ਦੇ ਵਿੱਚ ਪਰ ਡੇ ਦੇ ਉੱਤੇ ਮਿਲ ਜਾਂਦੀ ਜੀ। ਤੇ ਜਿਵੇਂ ਕਿ ਤੁਹਾਡੀ ਪਿਛਲੀ ਵਾਰੀ ਵੀ ਕਨਫਿਊਜ਼ਨ ਸੀਗੀ, ਤੁਸੀਂ ਡਿਸਕਸ਼ਨ ਕੀਤੀ ਹੈ ਇਸ ਚੀਜ਼ ਦੇ ਉੱਤੇ, ਕਈ ਬੰਦੇ ਬਹਿਸਦੇ ਵੀ ਆ, ਠੀਕ ਆ ਬਈ ਜਿੱਦਾਂ ਹਫ਼ਤੇ ਲਈ ਕਿਸੇ ਨੇ ਗੱਡੀ ਰੈਂਟ ਕਰਨੀ ਹੈ ਉਹਦਾ ਥੋੜ੍ਹਾ ਰੇਟ ਘੱਟ ਵੀ ਹੁੰਦਾ ਆ, ਅਤੇ ਜਿਹਨੇ ਇੱਕ ਦਿਨ ਲਈ ਜਾਂ ਦੋ ਦਿਨ ਲਈ ਚਾਹੀਦੀ ਉਹਦਾ ਥੋੜ੍ਹਾ ਜ਼ਿਆਦਾ ਵੀ ਹੁੰਦਾ ਹੈ, ਤੁਹਾਨੂੰ ਵੀ ਪਤਾ ਹੈ ਇਸ ਚੀਜ਼ ਦਾ। ਜਿਹਨੇ ਮਹੀਨੇ ਲਈ ਵੀ ਚਾਹੀਦੀ ਹੈ ਉਹਦਾ ਹੋਰ ਥੋੜ੍ਹਾ ਘੱਟ ਜਾਂਦਾ ਹੈ, ਘੱਟ ਜਾਂਦਾ ਹੈ। ਜਿਸ ਤਰ੍ਹਾਂ ਇੱਕ ਦੋ ਦਿਨ ਦੇ ਵਾਸਤੇ ਡਿਊਰੇਸ਼ਨ ਹੈ, ਕਿਲੋਮੀਟਰ ਕੰਜ਼ਮਪਸ਼ਨ ਜ਼ਿਆਦਾ, ਤੁਸੀਂ ਦੋ ਦਿਨ ਵਾਸਤੇ ਗੱਡੀ ਲੈ ਰਹੇ, ਤੁਸੀਂ ਦਿੱਲੀ ਜਾਣਾ ਹੈ, ਅੰਮ੍ਰਿਤਸਰ ਤੋਂ ਦਿੱਲੀ ਜਾਣਾ, ਉਹ ਅਰਾਊਂਡ 1000 ਕਿਲੋਮੀਟਰ ਦੇ ਇਰਦ ਗਿਰਦ ਜਿਹੜਾ ਕਿਲੋਮੀਟਰ ਕੰਜ਼ਮਪਸ਼ਨ ਹੋ ਜਾਂਦੀ ਹੈ, ਉਹਦੇ ਵਾਸਤੇ ਰੇਟ ਥੋੜ੍ਹਾ ਹਾਈ ਲੱਗੇਗਾ। ਓਕੇ, ਕਿਉਂਕਿ ਕਿਲੋਮੀਟਰ ਕੰਜ਼ਮਪਸ਼ਨ ਉਹਦੇ ਵਿੱਚ ਜ਼ਿਆਦਾ ਹੋ ਜਾਣੀ ਹੈ। ਅਗਲੇ ਬੰਨੇ ਸਾਡੇ ਕੋਲ ਸਰ ਗੱਡੀ ਆ ਜਾਂਦੀ ਆ ਸਕਾਰਪੀਓ, ਹੈ ਨਾ ਜੀ, ਤੇ ਇਹਦਾ ਕੀ ਸਿਸਟਮ ਹੁੰਦਾ ਹੈ? ਸਕਾਰਪੀਓ ਸਰ ਸੇਮ ਹੀ ਆ, ਇੱਕ 7-ਸੀਟਰ ਕਾਰ ਆ, ਇਹਦੇ ਥਾਰ ਵਰਗੀ ਹੀ ਗੱਡੀ ਆ, 7-ਸੀਟਰ, ਮੁੰਡਿਆਂ ਦੀ ਹੀ ਪਸੰਦ ਹੈ, ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਅਲੋਏ ਵੀਲ ਆ, ਮੋਡੀਫਾਈਡ ਕਾਰਸ ਨੇ, ਇਹ ਵੀ 3000-3500 ਦੇ ਏਅਰ ਗੇਅਰ ਜਿਹੜੀ ਆ ਗੱਡੀ ਮਿਲ ਜਾਂਦੀ ਆ। ਅਤੇ ਅਗਲੇ ਬੰਨੇ ਤੁਸੀਂ ਚੱਲਦੇ ਹੋ, ਤਾਂ ਸਰ ਹੁਣ ਕੋਈ ਫੋਰਚੂਨਰ ਵੀ ਅੱਜ, ਕਿਉਂਕਿ ਲੋਕਡਾਊਨ ਸੀਗਾ ਉਹਦੇ ਕਰਕੇ ਗੱਡੀਆਂ ਸਾਰੀਆਂ ਅਵੇਲੇਬਲ ਸੀ, ਕਿਉਂਕਿ ਸਰਵਿਸ ਬੰਦ ਸੀਗੀ, ਪਰ ਹੁਣ ਚੱਲ ਰਹੀ ਹੈ, ਅਤੇ ਤੁਸੀਂ ਕਰ ਸਕਦੇ ਸਰ ਇਹ ਫੋਰਚੂਨਰਾਂ ਦਾ ਕੀ ਹਿਸਾਬ ਕਿਤਾਬ ਹੁੰਦਾ ਹੈ? ਬੜਾ ਲੋਕਾਂ ਦੇ ਮਨ 'ਚ ਕਰੋਸਟੀ ਹੈ ਕਿ ਮਤਲਬ ਇਹ ਬੜੀਆਂ ਕੋਸਟਲੀ ਹੁੰਦੀਆਂ ਨੇ, ਕੀ ਸਿਸਟਮ ਹੈ? ਕੋਸਟਲੀ ਨਹੀਂ ਹੈ ਜੀ, ਜਿਹਨੇ ਸ਼ੌਂਕ ਪਾ ਲਿਆ ਉਹ ਕੋਸਟ ਜ਼ਿਆਦਾ ਨਹੀਂ ਦੇਖਦਾ, ਅਤੇ ਅਸੀਂ ਵੀ ਬੜਾ ਕਸਟਮਰ ਦੀ ਹੱਦ ਦੇ ਵਿੱਚ ਰਹਿ ਕੇ ਉਹਦੀ ਸਪੈਂਡ ਕਰਨ ਦੀ ਕਪੈਸਿਟੀ ਦੇ ਉੱਤੇ ਡਿਪੈਂਡ ਕਰਦਾ ਆ, ਅਸੀਂ ਵੀ ਉਹਨੂੰ ਮੱਦੇਨਜ਼ਰ ਰੱਖ ਕੇ ਹੀ ਚਾਰਜ ਕਰਦੇ ਹਾਂ। ਹੁਣ ਜਿਸ ਤਰ੍ਹਾਂ 3 ਗੱਡੀਆਂ ਖੜੀਆਂ ਨੇ ਫੋਰਚੂਨਰ, ਇਸ ਟਾਈਮ ਆਟੋਮੈਟਿਕ ਦਾ ਰੇਟ ਥੋੜ੍ਹਾ ਹਾਈ ਹੋਊਗਾ, ਮੈਨੂਅਲ ਦਾ ਥੋੜ੍ਹਾ ਘੱਟ ਹੋਏਗਾ, ਵੇਰੀਐਂਟ ਦੇ ਅਕੋਰਡਿੰਗ ਵੀ ਜਿਹੜਾ ਰੇਟ ਥੋੜ੍ਹਾ ਵੇਰੀ ਕਰਦਾ ਹੈ। ਫਿਰ ਵੀ ਕਿੰਨਾ ਕੁ ਰੇਟ ਆ ਸਰ ਇਹਨਾਂ ਦਾ? ਜਿਹੜੀ ਆਟੋਮੈਟਿਕ ਹੈ ਜੀ ਉਹ ਅਸੀਂ 4500-5000 ਦੇ ਵਿੱਚ ਰੇਂਜ ਵਿੱਚ ਦੇ ਦਿੰਦੇ ਹਾਂ, ਜਿਹੜੀ ਹੈਗੀ ਆ ਮੈਨੂਅਲ ਕਾਰ ਉਹ ਮਿਲ ਜਾਂਦੀ ਹੈ ਜੀ 3500-4000 ਦੇ ਪਰ ਡੇ ਦੇ ਵਿੱਚ। ਠੀਕ ਹੈ, ਅਤੇ ਇੱਕ ਗੱਲ ਹੋਰ ਕਲੀਅਰ ਕਰ ਦਿੰਦੇ ਹਾਂ, ਇਹ ਨਹੀਂ
आउट ऑफ ट्रैक जाके या किसी होर सिटी दे विच जिस तरह अमृतसर तुहानू कार चाहिए आ छियाटे चाहिए अमृतसर दे विच एयरपोर्ट अमृतसर इंटरनेशनल दे विच चाहिए आ थोड़ा जिहा नॉमिनल एक्सट्रा चार्ज होगा कार उत्थे पहुँचदी कर दी जाए। ठीक है अगे तुसीं देख सकते हो सर उन्होंने को स्विफ्ट भी नवे मॉडल वाली खड़ी है मतलब नवे मॉडल स्विफ्ट ने i20 ने सर स्विफ्ट का बड़ा क्रेज है वैसे ये नवे मॉडल वाली ने इन्हों का की सिस्टम होंगे सर बड़ी कॉम्पैक्ट गड्डी है बड़ी डिमांड है इस कार की सो साडे कोल स्विफ्ट असी काफ़ी जिहड़ा फ्लीट रख्या होया ये असी 1000 तो 1500 दे विच विच रेंज दे अकॉर्डिंग जिहड़ी है प्रोवाइड करता है जी। ते अगले बने सर i20 भी सेम रेट आ जांदा है i20 दे विच सर वेरिएंट हैगे ने जिस तरह हो गया स्पोर्ट्स मैगना ते उहदे विच जिहड़ी ये कार है 1500 तो 2000 पर डे दे रेंज दे विच आ जांदी है अकॉर्डिंग टू द वेरिएंट वेरिएंट दे हिसाब दे नाल इहदे पैसे घटदे वधदे ने। ठीक है ते इक गल सर होर क्लीयर करियो ऑटोमैटिक कार्स जिहड़ियां ने साडे कोल वी अवेलेबल ने जी जिवें कि किसी लेडीज़ नूं जां किसी नूं क्योंकि मैनूं पता है ऑटोमैटिक गड्डियां जिहड़ियां ने उह लेडीज़ ज़्यादा प्रैफर करदियां ने क्योंकि उह वी कई वारी तां बाहरों आउंदा है बंदा तां उहनूं हुंदा कि यार मतलब कि बाहर सारियां ऑटोमैटिक हुंदियां सर उहनां कोल ऑटोमैटिक गड्डियां वी सर कहिंदे अवेलेबल ने मतलब लाइक जिवें सर ने दस्सिया फॉर्चूनर वी अवेलेबल आ फिर इन्हां गड्डियां जां i20 जां स्विफ्ट च वी हैगा अवेलेबल आ ते सर अगले बने जिवें अपने कोल होर वी गड्डियां खड़ियां ने तुसीं देख सकदे हो सारे सेडान वी हैगी मेरे हिसाब नाल जी जी हां जी इन्हां दा की सिस्टम हुंदा सर सेडान कार सर 2000 पर डे तों शुरू हो जांदी आ जिस तरह सियाज खड़ी हुई है निसान सनी भी तुहानू साडे कोल मिल जाएगी होंडा सिटी भी मिल जाएगी इस टाइम फ्लीट दे विच जिहड़ियां ब्रांड न्यू कार्स अजकल चल रही ने और नवीं कार्स आ रही ने देखो सामने बिल्कुल ब्रांड न्यू गड्डियां ने। सर जिवें कि कालियां नंबर प्लेटां ने जां मतलब कि इहनां दा की सिस्टम हुंदा है ये सर असी जिहड़े आ ओवो कैब्स जिहड़ी आ ऑथराइज्ड एक रेंटल कार सर्विस आ एक सबूत है जी असी ऑथराइज्ड हाँ ब्लैक नंबर प्लेट निशानी है कि यह सैल्फ ड्राइव कार है इनू कोई भी कस्टमर जिहड़ा आ अपने नॉर्मल लाइसेंस के उत्ते ड्राइव कर सकता है जिस तरह कि आ बिल्कुल टोयोटा की ब्रांड न्यू गड्डी जिहड़ी हुणे हुणे लॉन्च हुई है 2-4 मंथ पहला टोयोटा ग्लैंजा जिहड़ी बलीनो सी पहला टोयोटा ने खरीदी है उस तो बाद ग्लैंजा हो गई है ग्लैंजा भी साडे को सर्विस दे विच अवेलेबल है। ओके सर इन्हां दा की रेट वेरिएंट रहिंदा फिर इहदा भी ज्यादा फर्क हुंदा उहनां i20 दे सैगमेंट दी गड्डी आ उहदे उस उहनां की रेट हुंदा इहदा भी बलीनो हो गई ग्लैंजा हो गई इहनां दा रेट सेम ही रहिंदा जांदा। ठीक है तो तुसीं देख सकते हो ऑलमोस्ट सारियां ही टाइप दियां गड्डियां इहनां कोल अवेलेबल ने जिहड़ियां कि पंजाब विच ऑलमोस्टली चलदियां ने लोकां दी डिमांड रहिंदी है ते मतलब हरेक गड्डी इहनां कोल हरेक तरहां दी बाकी इक गल होर क्लीयर कर दिंदे आ जिहड़ी कि गड्डी है इहनां कोल प्रॉपर मतलब तुहानूं साफ एंड क्लीन मिलेगी जिहड़ा मेन इशू हुंदा आ क्योंकि जिद्दां जूम ना जां कि होर कंपनियां ने उह गड्डियां नूं साफ नहीं हुंदियां मतलब कई होर इशू हुंदे ने इहनां दी गड्डी जिहड़ी कि मेरा भी एक्सपीरियंस सीगा मैं भी गड्डियां चैक कीतियां सी कि बिल्कुल साफ हुंदियां ने कोई सर उदां दा इशू तां कोई क्रिएट नहीं कुछ हैगा बिल्कुल नहीं सर साडा कस्टमर सैटिस्फैक्शन ते कस्टमर खुश हो के जाना एक साडे लई बड़ी वड्डी प्राप्ति है साडे वास्ते अचीवमेंट है सो कस्टमर तां ही खुश होगा जे असीं उहनूं सर्विस परफेक्ट देवांगे तो परफेक्ट सर्विस दे विच इही चीज़ां हुंदियां ने कि कार नीट एंड क्लीन होवे चलन च वधिया होवे न्यू मॉडल दी होवे तुसीं देख ही सकदे हो सारियां साडे कोल ब्रांड न्यू तां गड्डियां ने हुणे हुणे लॉन्च होईआं 2-3 मंथ पुरानियां जिहड़ियां गड्डियां सारियां ही ब्रांड न्यू गड्डियां लगियां होईआं ने सो बाकी साडे वल्लों मेंटेनेंस दे विच भी कोई कमी नहीं रहिंदी। सर जिवें हुण मान लो किसी ने गड्डी बाय करनी है वैसे तो चलो बाय सॉरी कह रहा रेंट करनी है उहदे विच की कंडीशनस हुंदियां लाइक तुसीं गड्डी अगले नूं किवें दिंदे हो प्रॉपर चैक करके दिंदे हो की सिस्टम हुंदा उहदे विच उहदे विच इह हुंदा सर जिस तरह एक एग्जाम्पल लैंदे आ कि i20 ही गड्डी किसी ने रेंट आउट करनी है उस तो पहला रेंट करन तो पहला जो भी अपनियां टर्म्स एंड कंडीशन साइन हुंदियां ने डॉक्यूमेंटेशन हुंदी है उस तो बाद जदों कार हैंड ओवर करनी हुंदी है एट दैट टाइम जिहड़ा साडा एग्जैकटिव आ ऑल अराउंड घूम के जिहड़ियां कार दियां हर एक एंगल तो फोटोज लेंदे आ बाहरों अंदरों इंटीरियर दियाँ सो उन्हां नूं ही रिकॉर्ड दे विच रख्या जांदा कस्टमर नूं भी रिकमेंड किया जाता कि तुसीं भी जिहड़ियां फोटोज़ लै सकदे हो उन्हां ही फोटोज़ तो जो कार रिटर्न आनी हुंदी है क्रॉस चैक करके कार वापस ले जाती है। ओके एक आइडिया होर दे दो भी जिदा मान लो किसी स्विफ्ट लैनी है ठीक है उहदा 1500 2000 रुपये जिन्ना भी रेंट हुंदा है टाइम दे हिसाब नाल उहदी किन्नी सिक्योरिटी देनी पैंदी है लाइक मतलब 5000 10000 की सिस्टम हुंदा है जिहड़ा छोटा फ्लीट है सर हैचबैक 5-सीटर उह सारे दी ही 5000 सिक्योरिटी डिपॉजिट है और रिफंडेबल हुंदा जी ठीक है रिफंडेबल हुंदा जे कल नूं कोई नई प्रॉब्लम हैगी रिफंड हो जाएगा। ठीक है बाकी तुसीं देख सकदे हो होर भी सर उहनां गड्डियां खड़ियां ने काफ़ी ने मतलब थोड़े को मतलब हरेक टाइप दी तुहानूं गड्डी मिल जूगी लाइक फॉर्चूनर वगैरह सारियां ही इहनां को ਹੋਰ ਮਰਸੀਡੀਜ਼ ਵਗੈਰਾ ਆਡੀਆਂ ਵੀ ਮਿਲ ਜਾਣਗੀਆਂ ਤੁਹਾਨੂੰ ਤੁਸੀਂ ਕਿ ਜਿਵੇਂ ਸਾਰਾ ਸਰਦੀਆਂ ਦੇਖਿਆ ਸੈਗਮੈਂਟ ਸਾਰਾ ਦੇਖਿਆ ਹੁਣ ਕੁਝ ਗੱਲਾਂ ਤੁਹਾਡੇ ਦਿਮਾਗ 'ਚ ਵੀ ਹੋਣਗੀਆਂ ਸਰ ਮੈਂ ਵੀ ਚਾਹੁੰਦਾ ਕਿ ਤੁਸੀਂ ਗੱਲ ਵੀ ਕਲੀਅਰ ਕਰੋ ਤੁਹਾਡੇ ਕੋਲ ਕਿਹੜੇ ਸੈਗਮੈਂਟ ਦੀਆਂ ਗੱਡੀਆਂ ਅਵੇਲੇਬਲ ਨੇ ਸਰ ਸਾਡੇ ਕੋਲ ਹਰ ਇੱਕ ਸੈਗਮੈਂਟ ਦੀ ਗੱਡੀ ਅਵੇਲੇਬਲ ਆ ਮਿੰਨੀ SUV SUV ਸੈਡਾਨ ਹੈਚਬੈਕ ਛੋਟੀ ਤੋਂ ਲੈ ਕੇ ਵੱਡੀ ਫਿਰ ਲਗਜ਼ਰੀ ਸੈਗਮੈਂਟ ਆਡੀ ਆ ਆਡੀ A4 ਆਡੀ A6 BMW 5 ਸੀਰੀਜ਼
ਮਰਸਡੀਜ਼ ਆ ਸਾਰੀਆਂ ਜਿਹੜੀਆਂ ਲਗਜ਼ਰੀ ਸੈਗਮੈਂਟ ਵੀ ਸਾਡੇ ਕੋਲ ਕਾਫੀ ਸਾਰਾ ਸਾਰਾ ਮਿਲ ਜਾਂਦਾ ਸਰ ਜਿਵੇਂ ਆਪਾਂ ਇਹ ਚੀਜ਼ਾਂ ਦੇ ਆਪਾਂ ਰੇਟ ਨਾਲ ਨਾਲ ਅਗਰ ਤੁਹਾਨੂੰ ਕਲੀਅਰ ਕਰਤੇ ਆ ਤੁਹਾਨੂੰ ਕਲੀਅਰ ਹੋ ਜੂਗਾ ਤੇ ਸਰ ਜਿਹੜੀ ਲਗਜ਼ਰੀ ਗੱਡੀਆਂ ਇਹਨਾਂ ਦੇ ਲਾਈਕ ਲਾ ਲਓ ਤੁਸੀਂ ਆਡੀ ਦੀ ਗੱਲ ਕੀਤੀ ਆ ਉਹ ਕਿੰਨੇ ਕੁ ਉਹਦੇ ਰੇਟ ਹੁੰਦੇ ਆ ਆਲਮੋਸਟ ਉਹਦੇ ਵਿੱਚ ਵੀ ਵੇਰੀਐਂਟ ਦੇ ਅਕੋਰਡਿੰਗ ਉਹਦਾ ਰੇਟ ਹੁੰਦਾ ਜਿਸ ਤਰ੍ਹਾਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਾਂ ਕਿ ਜੇ ਡਿਊਰੇਸ਼ਨ ਜ਼ਿਆਦਾ ਹੈ ਤਾਂ ਆਡੀ A4 ਜਿਹੜੀ ਆ 6 to 7,000 ਪਰ ਡੇ ਦੇ ਉੱਤੇ ਵੀ ਅਸੀਂ ਪ੍ਰੋਵਾਈਡ ਕਰਦੇ ਨੇ ਡਿਊਰੇਸ਼ਨ ਸ਼ਾਰਟ ਆ ਇੱਕ ਦਿਨ ਆ ਦੋ ਦਿਨ ਆ 10,000 12,000 15,000 ਇਸ ਤਰ੍ਹਾਂ ਰੇਟ ਜਿਹੜੇ ਵੇਰੀ ਹੋ ਜਾਂਦੇ ਠੀਕ ਹੈ ਦੂਜੀ ਗੱਲ ਇੱਕ ਹੋਰ ਆ ਜਿਵੇਂ ਸਰ ਨੇ ਪਹਿਲਾਂ ਦੱਸਿਆ ਤੁਸੀਂ ਆਪ ਹੀ ਕਲੀਅਰ ਕਰ ਦਿਓ ਤੁਹਾਡੀ ਐਪਲੀਕੇਸ਼ਨ ਆ ਉਹ ਕਿਵੇਂ ਵਰਕ ਕਰਦੀ ਹੈ ਕੀ ਕੀ ਸਿਸਟਮ ਆ ਤੁਹਾਨੂੰ ਉੱਥੇ ਵੀ ਕਲੈਰੀਫਾਈ ਹੋ ਜਾਂਦਾ ਸਾਰਾ ਕੁਝ ਜਾਂ ਨਹੀਂ ਬਿਲਕੁਲ ਜੀ ਬਿਲਕੁਲ ਕਈ ਵਾਰੀ ਕਸਟਮਰ ਜਿਹੜਾ ਆ ਕਨਫਿਊਜ਼ ਹੋ ਜਾਂਦਾ ਰੇਟਸ ਨੂੰ ਲੈ ਕੇ ਵੇਰੀਐਂਟਸ ਨੂੰ ਲੈ ਕੇ ਕਿ ਕਿਹੜੀ ਕਾਰ ਅਵੇਲੇਬਲ ਹੈ ਇਹਦਾ ਰੇਟ ਕੀ ਹੋਊਗਾ ਕਿਵੇਂ ਕਿਲੋਮੀਟਰ ਦੇ ਹਿਸਾਬ ਨਾਲ ਅਸੀਂ ਚਾਰਜ ਕਰਦੇ ਹਾਂ ਸੋ ਉਹਦੇ ਲਈ ਹੀ ਜਿਹੜੀ ਆ ਸਾਡੀ ਵੈਬਸਾਈਟ ਆ ਸਾਡੀ ਐਪਲੀਕੇਸ਼ਨ ਹੈ ਜਿਹੜੀ ਕਿ ਪਲੇ ਸਟੋਰ ਦੇ ਉੱਤੇ ਐਪਲ ਸਟੋਰ ਦੇ ਉੱਤੇ ਹਰ ਇੱਕ ਮਤਲਬ ਲਾਂਚ ਹੋ ਚੁੱਕੀ ਹੈ ਜੀ ਸਾਰੇ ਪਾਸੇ ਲਾਸਟ ਵੀਡੀਓ ਸਾਡੀ ਲਾਂਚ ਨਹੀਂ ਹੋਈ ਜਿਹੜਾ ਚੱਲ ਰਿਹਾ ਸੀ ਇਸ਼ੂ ਉਹ ਚੱਲ ਰਹੀ ਹੈ ਮੈਂ ਥੱਲੇ ਡਿਸਕ੍ਰਿਪਸ਼ਨ 'ਚ ਵੀ ਲਿੰਕ ਪਾਇਆ ਹੋਇਆ ਤੁਸੀਂ ਐਪਲੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ ਨਾਲ ਉੱਤੇ ਸਕਰੀਨ 'ਤੇ ਵੀ ਸ਼ੋਅ ਹੋ ਰਿਹਾ ਇਹਨਾਂ ਦੇ ਐਪਲੀਕੇਸ਼ਨ ਦਾ ਨਾਮ ਵੈਬਸਾਈਟ ਦਾ ਸਾਰਾ ਕੁਝ ਤੁਸੀਂ ਉੱਥੋਂ ਵੀ ਫੋਲੋ ਕਰ ਸਕਦੇ ਹੋ ਓਕੇ ਸਰ ਉਹਦੇ ਬਾਰੇ ਹੋਰ ਕੋਈ ਇਨਫੋਰਮੇਸ਼ਨ ਜਿਹੜੀ ਤੁਸੀਂ ਦੇ ਸਕਦੇ ਹੋ ਲਾਈਕ ਜਿਵੇਂ ਇੱਕ ਹੋਰ ਹੁੰਦਾ ਲੋਕਾਂ ਦੇ ਦਿਮਾਗ 'ਚ ਆਈਡੀਆ ਹੈ ਕਿ ਜੇ ਅਸੀਂ ਕਾਰ ਰੈਂਟ ਕੀਤੀ ਹੈ ਤਾਂ ਅਸੀਂ ਦਿੱਲੀ ਨਹੀਂ ਖੜ ਸਕਦੇ ਅਸੀਂ ਹਿਮਾਚਲ ਨਹੀਂ ਖੜ ਸਕਦੇ ਸਾਡਾ ਉਹ 'ਚ ਬਾਉਂਡ ਹੁੰਦਾ ਕੋਈ ਇਦਾਂ ਦਾ ਸੀਨ ਨਹੀਂ ਸਰ ਨਹੀਂ ਇੱਦਾਂ ਦਾ ਕੋਈ ਵੀ ਸਾਡਾ ਬਾਉਂਡ ਨਹੀਂ ਹੈਗਾ ਜਿਹੜੀ ਕੋਈ ਵੀ ਕਾਰ ਹੈ ਛੋਟੀ ਵੱਡੀ ਤੁਸੀਂ ਆਊਟ ਆਫ ਸਟੇਟ ਲੈ ਕੇ ਜਾ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕੋਈ ਬਾਉਂਡ ਨਹੀਂ ਹੈਗਾ ਕੋਈ ਨਹੀਂ ਬਸ ਇਹ ਕਿ ਦੱਸਣਾ ਪੈਂਦਾ ਹੈ ਲਾਈਕ ਕਿ ਮਤਲਬ ਇੰਨੇ ਦਿਨਾਂ ਸਾਨੂੰ ਗੱਡੀ ਚਾਹੀਦੀ ਹੈ ਤੇ ਸਰ ਜਿਵੇਂ ਮੰਨ ਲਓ ਕਿਸੇ ਨੇ 2 ਦਿਨ ਲਈ ਗੱਡੀ ਰੈਂਟ ਕੀਤੀ ਹੈ ਤੇ 3 ਦਿਨ ਲੱਗ ਜਾਂਦੇ ਆ ਉਹਨੂੰ ਪਲੰਟੀ ਵੀ ਲੱਗਦੀ ਹੈ ਕੋਈ ਵਿਦਆਊਟ ਇਨਫੋਰਮਿੰਗ ਜੇ ਅਗਰ ਐਕਸਟੈਂਡ ਕਰਦਾ ਹੈ ਕਿ ਕਾਲ ਨਹੀਂ ਪਿੱਕ ਹੋ ਰਹੀ ਕਸਟਮਰ ਜਿਸ ਤਰ੍ਹਾਂ ਕਾਲ ਕਰਦੇ ਹਾਂ ਅਸੀਂ ਅਪੋਨ ਰਿਟਰਨ ਕਸਟਮਰ ਕਾਲ ਨਹੀਂ ਪਿੱਕ ਕਰ ਰਿਹਾ ਜਾਂ ਇੰਟੀਮੇਟ ਨਹੀਂ ਕਰਦਾ ਸਾਨੂੰ ਫਿਰ ਪੈਨਲਟੀ ਲੱਗਦੀ ਆ ਅਦਰਵਾਈਜ਼ ਕਾਫੀ ਫਲੈਕਸੀਬਿਲਿਟੀ ਅਸੀਂ ਯੂਜ਼ ਕਰਦੇ ਹਾਂ ਕਿ ਕਸਟਮਰ ਕਿਸੇ ਵੇਲੇ ਤੰਗੀ 'ਚ ਵੀ ਹੋ ਸਕਦਾ ਜੇ ਉਹੋ ਜਿਹਾ ਕੋਈ ਕੇਸ ਬਣ ਜੇ ਤਾਂ ਅਸੀਂ ਕੋਈ ਪੈਨਲਟੀ ਜਿਹੜੀ ਆ ਨਹੀਂ ਚਾਰਜ ਕਰਦੇ ਅਤੇ ਸਰ ਜਿਵੇਂ ਇੱਕ ਗੱਲ ਹੋਰ ਹੁਣ ਕਲੀਅਰ ਕਰ ਦਿਓ ਕਿ ਕਿਹੜੇ ਕਿਹੜੇ ਸ਼ਹਿਰ 'ਚ ਤੁਹਾਡੇ ਕਿੱਥੇ ਕਿੱਥੇ ਤੁਸੀਂ ਗੱਡੀਆਂ ਪ੍ਰੋਵਾਈਡ ਕਰਦੇ ਹੋ ਮਤਲਬ ਲਾਈਕ ਦਿੱਲੀ ਵਰਗੇ ਸ਼ਹਿਰ ਜਾਂ ਮਤਲਬ ਪੰਜਾਬ ਇਕੱਲੇ ਜਾਂ ਹਰੇਕ ਸ਼ਹਿਰ 'ਚ ਕੀ ਤੁਹਾਡਾ ਸਿਸਟਮ ਆ ਸਰ ਸਾਡੀ ਜਿਹੜੀ ਸਰਵਿਸ ਆ ਆਲ ਓਵਰ ਪੰਜਾਬ ਹੈ ਓਕੇ ਤਰਨ ਤਾਰਨ ਜਲੰਧਰ ਚੰਡੀਗੜ੍ਹ ਅੰਮ੍ਰਿਤਸਰ ਇਹਨਾਂ ਸਾਰੀਆਂ ਅੰਮ੍ਰਿਤਸਰ ਦੇ ਵਿੱਚ ਸਾਡੇ 2 ਆਫਿਸ ਨੇ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਸੋ ਸਰਵਿਸ ਸਾਡੀ ਜਿਹੜੀ ਆ ਆਲ ਓਵਰ ਪੰਜਾਬ ਹੈ ਠੀਕ ਹੈ ਸਾਰੇ ਹਰੇਕ ਸ਼ਹਿਰ 'ਚ ਗੱਡੀ ਮਿਲ ਜਾਂਦੀ ਹੈ ਇੱਕ ਸ਼ਹਿਰ ਦੇ ਵਿੱਚ ਗੱਡੀ ਮਿਲ ਸਕਦੀ ਜਿੱਥੇ ਸਾਡੀ ਸਰਵਿਸ ਜਿਸ ਤਰ੍ਹਾਂ ਸਾਡਾ ਆਫਿਸ ਨਹੀਂ ਅਵੇਲੇਬਲ ਸਰਵਿਸ ਸਾਡੀ ਉੱਥੇ ਵੀ ਅਵੇਲੇਬਲ ਹੈ ਜਿਸ ਤਰ੍ਹਾਂ ਕੋਈ ਸ਼ਹਿਰ ਹੋ ਗਿਆ ਜਿੱਥੇ ਕਿਸੇ ਨੂੰ ਗੱਡੀ ਚਾਹੀਦੀ ਆ ਐਕਸਟਰਾ ਚਾਰਜ ਪੇ ਕਰਕੇ ਉਹ ਕਾਰ ਉੱਥੇ ਹੀ ਮੰਗਵਾ ਸਕਦਾ ਤੇ ਜਿਵੇਂ ਕਈ ਵਾਰੀ ਡਰੌਪ ਦਾ ਵੀ ਇਸ਼ੂ ਹੁੰਦਾ ਹੈ ਲਾਈਕ ਜੇ ਇੱਕ ਬੰਦਾ ਕਹੇ ਕਿ ਮੈਂ ਗੱਡੀ ਅੰਮ੍ਰਿਤਸਰੋਂ ਪਿੱਕ ਕੀਤੀ ਆ ਤੇ ਮੈਂ ਚੰਡੀਗੜ੍ਹ ਛੱਡਣੀ ਆ ਜਾਂ ਮੈਂ ਲੁਧਿਆਣੇ ਹੀ ਛੱਡਣੀ ਆ ਉਹਦੇ ਕੋਈ ਐਕਸਟਰਾ ਚਾਰਜਿਸ ਜਾਂ ਕੋਈ ਉਹਦਾ ਸੀਨ ਮਤਲਬ ਗੱਡੀ ਉੱਥੇ ਡਰੌਪ ਕਰ ਸਕਦਾ ਉਹ ਬਿਲਕੁਲ ਸਰ ਡਰੌਪ ਕਰ ਸਕਦਾ ਉਹ ਪਿੱਕ ਦੇ ਵਾਂਗੂ ਹੀ ਹੈ ਜੇ ਡਰੌਪ ਕਰਨੀ ਉਹਦਾ ਵੀ ਨੋਮੀਨਲ ਜਿਹਾ ਇੱਕ ਐਕਸਟਰਾ ਚਾਰਜ ਹੋਊਗਾ ਉਹ ਵੀ ਕਰੇ ਜੇ ਆਪਣੀ ਜਗ੍ਹਾ ਦੇ ਉੱਤੇ ਤੇ ਬਾਕੀ ਇਹ 24/7 ਅਵੇਲੇਬਲ ਹੁੰਦੀ ਹੈ ਮਤਲਬ ਰਾਤ ਨੂੰ ਵੀ ਕਿਸੇ ਨੇ ਗੱਡੀ ਡਰੌਪ ਜਾਂ ਪਿੱਕ ਕਰਨੀ ਤੁਸੀਂ ਕਰਾਉਂਦੇ ਹੋ ਬਿਲਕੁਲ ਸਰ ਕਰਦੇ ਹਾਂ ਪਰ ਜ਼ਿਆਦਾ ਜਿਹੜਾ ਅਸੀਂ ਸੁਜੈਸਟ ਕਰਦੇ ਹਾਂ ਕਸਟਮਰ ਨੂੰ ਪ੍ਰੀ ਬੁੱਕ ਕਰਨਾ ਕਾਰ ਪਹਿਲਾਂ ਹੀ ਬੁੱਕ ਕਰੇ ਜਿਸ ਤਰ੍ਹਾਂ ਕਈ ਕਸਟਮਰ ਦੀ ਫਲਾਈਟ ਰਾਤ ਨੂੰ 1:30 ਵਜੇ 2 ਵਜੇ ਕਈ ਲੈਂਡ ਕਰਦੀਆਂ ਫਲਾਈਟਸ ਸੋ ਉਹ ਗੱਡੀ ਪ੍ਰੀ ਬੁੱਕ ਹੋਈ ਹੋਊਗੀ ਤਾਂ ਸਾਡੇ ਵੀ ਜਿਹੜਾ ਹੈ ਪੈਨਲ ਦੇ ਉੱਤੇ ਸਕੈਡਿਊਲ ਹੁੰਦੀ ਹੈ ਕਿ ਕਾਰ ਉੱਥੇ ਡਰੌਪ ਕਰਨੀ ਹੈ ਸੋ ਅਸੀਂ ਸੁਜੈਸਟ ਕਰਾਂਗੇ ਕਿ ਪ੍ਰੀ ਬੁੱਕ ਕਰੋ ਕਾਰ ਨੂੰ ਅਤੇ ਕਾਰ ਔਨ ਟਾਈਮ ਉਹਨਾਂ ਨੂੰ ਕਸਟਮਰ ਨੂੰ ਮਿਲ ਜਾਏਗੀ ਅਦਰਵਾਈਜ਼ ਇਟ ਡਿਪੈਂਡਸ ਅਪੋਨ ਦਾ ਸਰਕਮਸਟਾਂਸਿਸ ਕਿ ਕਾਰ ਅਵੇਲੇਬਲ ਆ ਜਿਹੜਾ ਕਸਟਮਰ ਕੇਅਰ ਐਗਜ਼ੀਕਿਊਟਿਵ ਆ ਉਸ ਟਾਈਮ ਤੇ ਅਵੇਲੇਬਲ ਆ ਸੋ ਉਸ ਹਿਸਾਬ ਨਾਲ ਵੀ ਕਾਰ ਮਿਲ ਜਾਂਦੀ ਹੈ ਆਲਮੋਸਟ ਸਾਰਾ ਕੁਝ ਹੀ ਅਸੀਂ ਕਵਰ ਕਰਤਾ ਫਿਰ ਵੀ ਜੇ ਕਿਸੇ ਦੇ ਕੋਈ ਕਮੈਂਟ ਜਾਂ ਕਿਸੇ ਦੀ ਕੋਈ ਕੁਐਸਚਨਸ ਹੋਣਗੇ ਤੁਸੀਂ ਬੇਚ ਜੇ ਟੋਲ ਫ੍ਰੀ ਨੰਬਰ ਹੈਗੇ ਨੇ ਤਾਂ ਤੁਸੀਂ ਉੱਥੇ ਕਾਲ ਕਰ ਸਕਦੇ ਹੋ ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲੂਗੀ ਕੋਈ ਇਸ਼ੂ ਨਹੀਂ ਬੇਚ ਜੇ ਕਾਲ ਕਰ ਸਕਦੇ ਹੋ ਤੇ ਇਹਨਾਂ ਦੀ ਐਪਲੀਕੇਸ਼ਨ ਵੀ ਮੈਂ ਪਹਿਲਾਂ ਵੀ ਦੱਸਿਆ ਕਿ ਪ੍ਰੋਪਰ ਵਰਕ ਕਰਦੇ ਤੁਸੀਂ ਉੱਥੇ ਸਾਰੀ ਡਿਟੇਲ ਵੀ ਲੈ ਸਕਦੇ ਹੋ ਤੇ ਸਰ ਫਿਰ ਵੀ ਕੋਈ ਤੁਹਾਡੇ ਦਿਮਾਗ 'ਚ ਹੋਰ ਕੋਈ ਹੋਵੇ ਜਿਹੜਾ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋਗੇ ਆਪਣੇ ਬਾਰੇ ਗੱਲ ਸਭ ਤੋਂ ਪਹਿਲਾਂ ਤਾਂ ਮੈਂ ਥੈਂਕ ਯੂ ਟੂ ਯੂ ਮਿਸਟਰ ਦਯਾਕਰਨ ਜੀ ਇਹਨਾਂ ਨੇ ਬਹੁਤ ਸਾਰੇ ਜਿਹੜੇ ਸਾਨੂੰ ਵਿਊਜ਼ ਦਿੱਤੇ ਨੇ ਸਬਸਕ੍ਰਾਈਬਰਸ ਦਿੱਤੇ ਨੇ ਸਾਡਾ ਇੱਕ ਨੇਮ ਬਣਾਇਆ ਮਾਰਕੀਟ ਦੇ ਵਿੱਚ ਬੜੇ ਹੀ ਅੱਛੇ ਸਬਸਕ੍ਰਾਈਬਰ ਇਹਨਾਂ ਦੇ ਪੇਜ ਦੇ ਉੱਤੇ ਨੇ ਜਿਸ ਤਰ੍ਹਾਂ ਅਸੀਂ ਕਮੈਂਟਸ ਨੂੰ ਜਿਹੜਾ ਰਿਵਿਊ ਦੇਖ ਸਕਦੇ ਹਾਂ ਸੋ ਇਹਨਾਂ ਦੇ ਵਾਸਤੇ ਹੀ ਜਿਹੜਾ ਇੱਕ ਅਸੀਂ ਨਵੀਂ ਆਫਰ ਲੈ ਕੇ ਆਏ ਹਾਂ ਸਾਡੀ ਐਪ ਥਰੂ ਜਿਹੜਾ ਵੀ ਬੁਕਿੰਗ ਕਰੇਗਾ ਇਹਨਾਂ ਦਾ ਇੱਕ ਕੂਪਨ ਕੋਡ ਹੋਏਗਾ ਇਹਨਾਂ ਦਾ ਰੈਫਰਲ ਪਾ ਕੇ ਕੂਪਨ ਕੋਡ ਯੂਜ਼ ਕਰਕੇ ਜਿਹੜਾ ਕਸਟਮਰ ਹੈ 20% ਪਰ ਡੇ ਦੇ ਉੱਤੇ ਜਿਹੜਾ ਜੋ ਵੀ ਰੈਂਟ ਕਰਨੀ ਉਹਨੇ ਕਾਰ ਉਹ 20% ਆਪਣਾ ਡਿਸਕਾਊਂਟ ਲੈ ਸਕਦਾ ਇਹ ਤੁਹਾਨੂੰ ਬੜੀ ਵਧੀਆ ਆਫਰ ਸਰ ਨੇ ਦੇ ਦਿੱਤੀ ਹੈ ਅਤੇ ਤੁਸੀਂ ਫਾਇਦਾ ਵੀ ਜ਼ਰੂਰ ਚੱਕੋਗੇ ਮੇਰੇ ਹਿਸਾਬ ਨਾਲ ਕੂਪਨ ਵੀ ਅਸੀਂ ਥੱਲੇ ਸ਼ੋਅ ਕਰ ਰਹੇ ਹਾਂ ਅਤੇ ਤੁਸੀਂ ਉਹ ਯੂਜ਼
फेसबुक इंस्टाग्राम ट्विटर लिंक्डइन सारे के उत्ते साडे पेजेस बने हुए ने तुसी किसी के उत्ते भी जाके फॉलो कर सकते हो ते साडी इनफॉर्मेशन जिहड़ी लै सकते हो। उम्मीद है कि तुहानू ये वीडियो पसंद आई होगी ते जे होर भी फिर भी मैं दोबारा रिपीट कर देना कोई भी क्वेश्चनिंग होगी बेझिझक कॉल करियो ते बाकी इदां दी वीडियो होर भी लैके आवांगे होर भी तुहाडे वास्ते इनफॉर्मेशन देवांगे ते थैंक यू सो मच इन्नी वधिया इनफॉर्मेशन ते अपना दसण वास्ते ते मिलते हां हुण नवीं वीडियो लैके जल्दी ही। बाय बाय टेक केयर।